ਨੰਗਲ ਵਿੱਚ ਹੋਣਗੇ ਰੈਸਲਿੰਗ ਮੁਕਾਬਲੇ। ਸਤਲੁਜ ਸਦਨ ਨੰਗਲ ਵਿਖੇ WWE ਦੇ ਪ੍ਰਸਿੱਧ ਰੈਸਲਰ ਗ੍ਰੇਟ ਖਲੀ ਦਲੀਪ ਸਿੰਘ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਨੇ ਵਿਸ਼ੇਸ਼ ਬੈਠਕ ਕੀਤੀ। ਉਹਨਾਂ ਨੇ ਕਿਹਾ ਕਿ 18 ਨਵੰਬਰ ਨੂੰ ਨੰਗਲ ਵਿੱਚ ਰੈਸਲਿੰਗ ਦਾ ਫਾਈਨਲ ਮੈਚ ਕਰਵਾਇਆ ਜਾਵੇਗਾ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਪ੍ਰਸਿੱਧ ਰੈਸਲਰ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ। ਇਸ ਸੰਬੰਧ ਵਿੱਚ ਰਾਣਾ KP ਸਿੰਘ, ਸਪੀਕਰ ਪੰਜਾਬ ਵਿਧਾਨ ਸਭਾ ਅਤੇ ਗ੍ਰੇਟ ਖਲੀ ਨੇ ਜਾਣਕਾਰੀ ਦਿੱਤੀ ਕਿ ਇਸ ਸ਼ੋਅ ਦੇ ਵਿੱਚ ਘੱਟੋ ਘੱਟ 30-35 ਹਜ਼ਾਰ ਆਦਮੀ ਆਉਂਦਾ ਹੈ। ਸੋ ਕਿਉਂਕਿ ਜੇ 30-35 ਹਜ਼ਾਰ ਬੰਦੇ ਦੀ ਉਮੀਦ ਹੈ ਸਾਨੂੰ, ਤਾਂ ਉਹ ਫਿਰ ਬਿਹਤਰ ਹੋਏਗਾ ਅਸੀਂ NFL ਦੇ ਗਰਾਊਂਡ ਵਿੱਚ। ਔਰ ਪਹਿਲਾਂ ਕਲਚਰਲ ਪ੍ਰੋਗਰਾਮ ਹੋਏਗਾ, ਔਰ ਕਲਚਰਲ ਪ੍ਰੋਗਰਾਮ ਦੇ ਵਿੱਚ ਵੀ ਚੋਟੀ ਦੇ ਜਿਹੜੇ ਆਪਣੇ ਸੈਲੀਬ੍ਰਿਟੀਜ਼ ਹੈ, ਵੱਡੇ ਵੱਡੇ ਲੋਕ ਜਿਹੜੇ ਹੈ, ਜਿਨ੍ਹਾਂ ਦਾ ਨਾਂ ਆ ਸਪਨਾ ਚੌਧਰੀ ਹੈ, ਹੋਰ ਦਾ ਬੱਬੂ ਮਾਨ ਹੈ, ਇੱਦਾਂ ਦੇ ਲੋਕਾਂ ਨੂੰ ਲਿਆ ਕੇ ਖਾਸ ਤੌਰ ਤੇ ਨੰਗਲ ਚ ਕਰੋ। ਔਰ ਸਾਡੇ ਇਲਾਕੇ ਦੇ ਜਿਹੜੇ ਬੱਚੇ ਹੈ ਉਹਨਾਂ ਨੂੰ ਤੁਹਾਡੇ ਤੋਂ ਪ੍ਰੇਰਣਾ ਮਿਲੇ, ਉਹਨਾਂ ਨੂੰ ਇੱਕ ਸੇਧ ਮਿਲੇ ਕਿ ਜੇ ਖਲੀ ਵਰਗੇ ਪਹਿਲਵਾਨ ਹਿੰਦੁਸਤਾਨ ਦੀ ਮਿੱਟੀ ਚੋਂ ਪੈਦਾ ਹੋ ਸਕਦੇ ਹੈ, ਪਹਿਲਵਾਨ ਦਾਰਾ ਸਿੰਘ ਵਰਗੇ ਪੰਜਾਬ ਦੀ ਮਿੱਟੀ ਚੋਂ ਪੈਦਾ ਹੋ ਸਕਦੇ ਹੈ, ਵੱਡੇ ਵੱਡੇ ਲੋਕ ਧਰਮਿੰਦਰ ਵਰਗੇ ਕਲਾਕਾਰ ਪੈਦਾ ਹੋ ਸਕਦੇ ਹੈ, ਰਾਜ ਕਪੂਰ ਵਰਗੇ ਫਿਲਮ ਸਾਜ ਪੈਦਾ ਹੋ ਸਕਦੇ ਹੈ, ਤਾਂ ਕੋਈ ਕਾਰਨ ਨਹੀਂ ਕਿ ਉਹੀ ਪੰਜਾਬ ਦੀ ਮਿੱਟੀ ਹੈ, ਇੱਥੋਂ ਦੇ ਜਿਹੜੇ ਸਾਡੇ ਬੱਚੇ ਹੈ, ਜੇ ਉਹਨਾਂ ਨੂੰ ਸਹੀ ਸੇਧ ਮਿਲੇ ਤਾਂ ਉਹ ਜ਼ਿੰਦਗੀ ਚ ਨਵੀਆਂ ਮੱਲਾਂ ਨਾ ਮਾਰ ਸਕਣ। ਬਿਲਕੁਲ, ਇਹ ਜੋ ਨੰਗਲ ਚੁਣਾ ਹੈ ਸਪੀਕਰ ਸਾਹਿਬ ਵੱਲੋਂ, ਉਹਨਾਂ ਨੇ ਬਤਾਇਆ, ਹਮ ਬਤਾ ਰਹੇ ਥੇ ਕਿ ਹਮਨੇ ਲੁਧਿਆਣਾ ਕਰਾਣਾ ਹੈ, ਤੋ ਉਹਨਾਂ ਨੇ ਬਤਾਇਆ ਕਿ ਆਪ ਲੁਧਿਆਣਾ ਬੜੇ ਬੜੇ ਸ਼ਹਿਰ ਵਿੱਚ ਹੋਤੇ ਰਹਤੇ ਹੈ, ਕਭੀ ਛੋਟੇ ਸ਼ਹਿਰ ਪੇ ਵੀ ਕਰੋ, ਕਿਉਂਕਿ ਛੋਟੇ ਸ਼ਹਿਰ ਪੇ ਵੀ ਇਤਨਾ ਹੀ ਜਨੂਨ ਹੈ ਰੈਸਲਿੰਗ ਕਾ, ਰੈਸਲਿੰਗ ਦੇਖਣੇ ਕਾ ਔਰ ਕਰਨੇ ਕਾ। ਜੋ ਮੋਸਟਲੀ ਆਪ ਲੋਕ ਸਪੋਰਟਸਮੈਨ ਦੇਖਤੇ ਉਹ ਗਾਂਵ ਸੇ ਹੀ ਆਤੇ ਹੈ, ਛੋਟੇ ਛੋਟੇ ਪਿੰਡ ਸੇ ਆਤੇ ਹੈ, ਤੋ ਉਨਕੀ ਬਾਤ ਬਿਲਕੁਲ ਮੇਰੇ ਕੋ ਸਪੀਕਰ ਸਾਹਿਬ ਕੀ ਜੋ ਬਾਤ ਬਿਲਕੁਲ ਮੇਰੇ ਕੋ ਬਹੁਤ ਸਹੀ ਲੱਗੀ ਹੈ, ਤੋ ਬਸ ਉਨਕੇ ਹਿੱਸੇ ਮੈਂ ਇਧਰ ਆਇਆ ਹੂੰ, ਔਰ ਜੋ ਹਮ ਸ਼ੋਅ ਕਰਾ ਰਹੇ ਯਹਾਂ ਪਰ 18 ਨਵੰਬਰ ਕੋ, ਜਿਸਸੇ ਪਹਿਲੇ ਜੋ ਮਾਰੇ ਕੰਪਟੀਸ਼ਨ ਹੋਏਗੇ ਉਹ ਹੋਏਗੇ ਹਰਿਆਣਾ ਮੇ ਪੰਚਕੂਲਾ, ਕਰਨਾਲ ਔਰ ਅੰਬੋਲਾ ਕੈਂਟ, ਔਰ ਚੌਥਾ ਸ਼ੋਅ ਜੋ ਮੇਨ ਸ਼ੋਅ ਹੈ ਉਹ ਨੰਗਲ ਤੇ ਹੋਏਗਾ। ਸਪੀਕਰ ਸਾਹਿਬ ਸਪੋਰਟ ਕਰ ਰਹੇ ਹੈ, DSP ਸਾਹਿਬ, SP ਸਾਹਿਬ, ਇੱਕ ਬਹੁਤ ਹੀ ਇੱਕ ਇੰਟਰਨੈਸ਼ਨਲ ਕਾ ਇਵੈਂਟ ਬਣਾਏਗੇ ਹਮ, ਇਹ ਜਿਸੇ ਹਮ TV ਪੇ ਦੇਖਤੇ ਥੇ ਉਹੀ ਹਿਸਾਬ ਸੇ ਆਪ ਲਗੇਗਾ, ਇਹ ਨਹੀਂ ਲਗੇਗਾ ਕਿ ਆਪ ਨਿਊਯਾਰਕ ਮੇ ਬੈਠੇ ਹੈ ਜਾਂ ਨੰਗਲ ਪੇ ਬੈਠੇ ਹੈ, ਜਬਰਦਸਤ ਹਮ ਇੱਕ ਬੜਾ ਇਵੈਂਟ ਕਰੇਗੇ।